welcom to electronic vocational ਅੱਜ ਦੀ ਇਸ ਵੀਡੀਓ ਚ ਆਪਾਂ ਟੌਪਿਕ ਕਰਾਂਗੇ ਮੋਨੋक्रोਮ ਵਰਸਸ ਕਲਰ ਟੀਵੀ ਜਿਹੜਾ ਸਾਡਾ ਬਲੈਕ ਐਂਡ ਵਾਈਟ ਟੀਵੀ ਹੁੰਦਾ ਉਹਨੂੰ ਮੋਨੋक्रोਮ ਕਿਹਾ ਜਾਂਦਾ ਹੈ ਕਲਰ ਟੀਵੀ ਔਰ ਬਲੈਕ ਐਂਡ ਵਾਈਟ ਟੀਵੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੇਮ ਨੇ ਲੇਕਿਨ ਸਰਕਟ ਦੇ ਵਿੱਚ ਕੁਝ ਚੀਜ਼ਾਂ ਅਲੱਗ ਵੀ ਨੇ ਆਪਾਂ ਉਹੀ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡੀ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਸਪੋਸ ਪਿੱਛੋਂ ਜੋ ਮੂਵੀ ਆ ਰਹੀ ਹੈ ਬਲੈਕ ਐਂਡ ਵਾਈਟ ਹੈ ਅਗਰ ਕਲਰ ਟੀਵੀ ਤੇ ਅਸੀਂ ਉਹਨੂੰ ਦੇਖਣਾ ਚਾਹੁੰਦੇ ਆ ਤਾਂ ਅਸੀਂ ਦੇਖ ਸਕਦੇ ਹਾਂ ਲੇਕਿਨ ਪਿੱਛੋਂ ਟਰਾਂਸਮਿਸ਼ਨ ਬਲੈਕ ਐਂਡ ਵਾਈਟ ਹੈ ਤਾਂ ਸਾਨੂੰ ਵੀ ਉਹ ਪਿਕਚਰ ਬਲੈਕ ਐਂਡ ਵਾਈਟ ਹੀ ਦਿਖੇਗੀ ਚਾਹੇ ਸਾਡਾ ਟੀਵੀ ਕਲਰ ਟੀਵੀ ਹੈ ਕਿਉਂਕਿ ਪਿੱਛੋਂ ਜੋ ਟਰਾਂਸਮਿਸ਼ਨ ਹੈ ਉਹ ਬਲੈਕ ਐਂਡ ਵਾਈਟ ਹੀ ਹੈ ਬਲੈਕ ਐਂਡ ਵਾਈਟ ਕੈਮਰੇ ਦੇ ਨਾਲ ਹੀ ਸਭ ਕੁਝ ਬਣਿਆ ਹੋਇਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੇ ਪਿੱਛੋਂ ਕਲਰ ਚੈਨਲ ਆ ਰਹੇ ਆ ਕੋਈ 컬러ਫੁਲ ਕੈਮਰਾ ਜਿਹੜਾ ਉਹਨਾਂ ਨੇ ਯੂਜ਼ ਕੀਤਾ ਉਹ ਕਲਰਡ ਸੀਗਾ ਜੋ ਟਰਾਂਸਮਿਸ਼ਨ ਹੋ ਰਹੀ ਹੈ ਉਹ ਕਲਰ ਸਿਗਨਲ ਦੀ ਹੋ ਰਹੀ ਹੈ ਤਾਂ ਕਲਰ ਟੀਵੀ ਤੇ ਤਾਂ ਪਤਾ ਹੀ ਹੈ ਦਿਖਾਈ ਦੇਗਾ ਲੇਕਿਨ ਸਾਡੇ ਬਲੈਕ ਐਂਡ ਵਾਈਟ ਟੀਵੀ ਤੇ ਉਹ ਸੇਮ ਪਿਕਚਰ ਦਿਖਾਈ ਦੇਗੀ ਲੇਕਿਨ ਉਹਦੇ ਕਲਰ ਸਾਨੂੰ ਨਹੀਂ ਦਿਖਾਈ ਦੇਣਗੇ ਸਾਨੂੰ ਉਹ ਐਜ਼ ਅ ਬਲੈਕ ਐਂਡ ਵਾਈਟ ਦਿਖੇਗੀ ਉਹ ਚ ਡਿਫਰੈਂਟ ਸ਼ੇਡਸ ਲਖਣਗੇ ਸਾਨੂੰ ਅਚੀ ਕਲੈਰਿਟੀ ਮਿਲੇਗੀ। ਇਹੀ ਪੁਆਇੰਟ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਜਦੋਂ ਟਰਾਂਸਮਿਸ਼ਨ ਹੁੰਦੀ ਹੈ ਉੱਥੇ ਮੋਨੋਕ੍ਰੋਮ ਟਰਾਂਸਮਿਸ਼ਨ ਹੈ ਅਗਰ ਤਾਂ ਮੋਨੋਕ੍ਰੋਮ ਕੈਮਰਾ ਯੂਜ਼ ਹੋਇਆ ਜਦੋਂ ਕਲਰ ਟਰਾਂਸਮਿਸ਼ਨ ਹੈ ਤਾਂ ਉੱਥੇ ਕਲਰ ਕੈਮਰਾ ਯੂਜ਼ ਹੋਇਆ ਜੋ ਸਾਡੇ ਘਰ ਦੇ ਟੀਵੀ ਨੇ ਉਹ ਦੋਨੋਂ ਸਿਗਨਲ ਰੀਸੀਵ ਕਰਦੇ ਨੇ ਲੇਕਿਨ ਦਿਖਾਉਣਗੇ ਸਾਨੂੰ ਉਹੀ ਅਗਰ ਬਲੈਕ ਐਂਡ ਵਾਈਟ ਟੀਵੀ ਹੈ ਤਾਂ ਉਹ ਬਲੈਕ ਐਂਡ ਵਾਈਟ ਹੀ ਦਿਖਾਊਗਾ ਚਾਹੀ ਉਹ ਕਲਰ ਸਿਗਨਲ ਨੂੰ ਰੀਸੀਵ ਕਰ ਰਿਹਾ ਹੈ। ਅਗਰ ਕਲਰ ਟੀਵੀ ਹੈ ਜੇ ਉਹ ਪਿੱਛੋਂ ਕਲਰ ਟਰਾਂਸਮਿਸ਼ਨ ਰੀਸੀਵ ਕਰ ਰਿਹਾ ਹੈ ਤਾਂ ਕਲਰ ਦਿਖਾਏਗਾ ਅਗਰ ਬਲੈਕ ਐਂਡ ਵਾਈਟ ਰੀਸੀਵ ਕਰ ਰਿਹਾ ਹੈ ਤਾਂ ਉਹ ਵੀ ਬਲੈਕ ਐਂਡ ਵਾਈਟ ਦਿਖਾਏਗਾ। ਹੁਣ ਆਪਾਂ ਇਸ ਜਿਹਨ ਸਿਮਿਲੈਰਿਟੀਆਂ ਤੇ ਡਿਸਿਮਿਲੈਰਿਟੀਆਂ ਇਹਨਾਂ ਦੇ ਅੰਤਰ ਤੇ ਸਮਾਨਤਾਵਾਂ ਕਰਦੇ ਆਂ। ਸਭ ਤੋਂ ਪਹਿਲਾਂ ਆਪਾਂ ਇਸ ਨੂੰ ਇੱਕ ਸਰਕਟ ਦੀ ਹੈਲਪ ਨਾਲ ਸਮਝਦੇ ਆਂ ਡਾਇਗ੍ਰam ਦੀ ਹੈਲਪ ਨਾਲ। ਇਹ ਆਪਨਾ ਹੈਗਾ 컬러 ਕੈਮਰਾ ਆਪਾਂ ਨੂੰ ਪਤਾ ਹੀ ਹੈ ਤਿੰਨ ਪ੍ਰਾਇਮਰੀ ਕਲਰ ਹੈ ਰੈਡ ਗ੍ਰੀਨ ਬਲੂ ਜਦੋਂ ਕਿਸੇ ਆਬਜੈਕਟ ਨੂੰ ਸ਼ੂਟ ਕੀਤਾ ਜਾਂਦਾ ਹੈ ਕਿਸੇ ਚੀਜ਼ ਨੂੰ ਸ਼ੂਟ ਕੀਤਾ ਜਾਂਦਾ ਹੈ ਤਾਂ ਜਿਹੜਾ ਉੱਥੇ 컬러 ਕੈਮਰਾ ਵਰਤਿਆ ਜਾਂਦਾ ਹੈ ਉਹ ਚ ਤਿੰਨੋਂ ਕਲਰਸ ਲਈ ਸਰਕਟ ਲੱਗਿਆ ਹੁੰਦਾ ਹੈ ਅੱਗੇ ਵਿਦ ਦਾ ਹੈਲਪ ਆਫ ਮੈਟ੍ਰਿਕਸ ਡਿਫਰੈਂਟ ਕਲਰ ਕੰਬੀਨੇਸ਼ਨ ਬਣਾਏ ਜਾਂਦੇ ਨੇ ਇੱਥੋਂ ਇਹ ਟਰਾਂਸਮਿਸ਼ਨ ਹੋ ਗਈ ਇਹ ਸਾਡੇ ਕਲਰ ਰਿਸੀਵਰ ਨੇ ਰਿਸੀਵ ਕਰ ਲਈ ਇਹ ਸਾਡੇ ਬਲੈਕ ਐਂਡ ਵਾਈਟ ਨੇ ਵੀ ਰਿਸੀਵ ਕਰ ਲਈ ਦੋਨਾਂ ਕੋਲ ਪਹੁੰਚੇਗਾ ਸਿਗਨਲ ਇਹ ਹੈਗਾ ਸਾਡਾ ਮੋਨੋਕ੍ਰੋਮ ਕੈਮਰਾ ਬਲੈਕ ਐਂਡ ਵਾਈਟ ਦੀ ਹੀ ਸ਼ੂਟਿੰਗ ਹੈ ਆ ਸਾਡਾ ਆਬਜੈਕਟ ਹੈ ਆਬਜੈਕਟ ਨੂੰ ਮੋਨੋਕ੍ਰੋਮ ਕੈਮਰਾ ਨੇ ਸ਼ੂਟ ਕੀਤਾ ਇਹਨੂੰ ਟ੍ਰਾਂਸਮਿਟ ਕਰਤਾ ਹਵਾ 'ਚ ਇਹ ਸਿਗਨਲ ਵੀ ਦੋਨੋਂ ਰਿਸਿਵਰਸ ਨੇ ਰਿਸੀਵ ਕਰ ਲਿਆ ਬਲੈਕ ਐਂਡ ਵਾਈਟ ਨੇ ਵੀ ਕਲਰ ਨੇ ਵੀ ਹੁਣ ਜਿਹੜਾ ਸਾਡਾ ਕਲਰ ਰਿਸਿਵਰ ਹੈ ਉਹਦੇ ਅੱਗੇ ਜਿਹੜਾ ਸਾਡਾ ਟੀਵੀ ਲੱਗਿਆ ਹੁੰਦਾ ਉਹ ਹੁੰਦੀ ਹੈ ਕਲਰ ਪਿਕਚਰ ਟਿਊਬ ਜੋ ਸਾਡਾ ਬਲੈਕ ਐਂਡ ਵਾਈਟ ਰੀਸੀਵਰ ਹੈ ਉਹਦੇ ਅੱਗੇ ਜੋ ਸਾਡਾ ਟੀਵੀ ਲੱਗਿਆ ਹੁੰਦਾ ਹੈ ਉਹ ਹੁੰਦੀ ਹੈ ਮੋਨੋਕ੍ਰੋਮ ਪਿਕਚਰ ਟਿਊਬ ਇਹਦੇ ਵਿੱਚ ਇੱਕ ਇਲੈਕਟ੍ਰੋਨ ਗਨ ਹੈ ਜਿਹੜੀ ਕੰਮ ਕਰਦੀ ਹੈ ਇੱਥੇ ਸਕਰੀਨ ਫਾਸਫੋਰਸ ਕੋਟਿੰਗ ਹੈ ਉਹਦੇ ਨਾਲ ਟਕਰਾਂਦੀ ਹੈ ਇਹਦੇ ਵਿੱਚ ਜੋ ਪਿਕਚਰ ਟਿਊਬ ਹੈ ਉਹ ਚ ਤਿੰਨ ਗਨਸ ਲੱਗੀਆਂ ਹੁੰਦੀਆਂ ਨੇ ਤਿੰਨੋਂ ਪ੍ਰਾਇਮਰੀ ਕਲਰਸ ਲਈ ਜਿਹੜੀ ਕੋਟਿੰਗ ਹੈ ਸਕਰੀਨ ਦੀ ਉਹ ਵੀ ਤਿੰਨੋਂ ਕਲਰਸ ਦੀ ਹੁੰਦੀ ਹੈ ਫਿਰ ਸੀਨ ਦੇ ਅਕੋਰਡਿੰਗ ਡਿਫਰੈਂਟ ਕੰਬੀਨੇਸ਼ਨ ਵਿਦ ਦਾ ਹੈਲਪ ਆਫ ਪ੍ਰੋਸੈਸਿੰਗ ਸਰਕਟਸ ਬਣਦੇ ਨੇ ਫਿਰ ਇੱਥੇ ਸਾਨੂੰ ਅਲੱਗ-ਅਲੱਗ ਕਲਰ ਦਿਖਾਈ ਦਿੰਦੇ ਨੇ ਇਸ ਡਾਇਗ੍ਰam ਤੋਂ ਦੇਖੋ ਸਾਨੂੰ ਇਹ ਪਤਾ ਚੱਲਦਾ ਹੈ ਕਿ ਕਲਰ ਟ੍ਰਾਂਸਮਿਸ਼ਨ ਵੀ ਦੋਨੋਂ ਰਿਸੀਵ ਕਰ ਰਹੇ ਨੇ ਬਲੈਕ ਐਂਡ ਵਾਈਟ ਵੀ ਦੋਨੋਂ ਰਿਸੀਵ ਕਰ ਰਹੇ ਨੇ ਅਗਰ ਇਹ ਬਲੈਕ ਐਂਡ ਵਾਈਟ ਪਿਕਚਰ ਹੈ ਇਸ ਤੇ ਤਾਂ ਉਹ ਬਲੈਕ ਐਂਡ ਵਾਈਟ ਦਿਖੇਗੀ ਹੀ ਲੇਕਿਨ ਕਲਰ ਤੇ ਵੀ ਕੀ ਦਿਖਾਈ ਦੇਗੀ ਬਲੈਕ ਐਂਡ ਵਾਈਟ ਕਿਉਂਕਿ ਇਥੋਂ ਟਰਾਂਸਮਿਸ਼ਨ ਹੀ ਬਲੈਕ ਐਂਡ ਵਾਈਟ ਹੋਈ ਹੈ ਅਗਰ ਸਾਡਾ ਕੋਈ ਕਲਰ ਸਿਗਨਲ ਹੈ ਉਹ ਕਲਰ ਤੇ ਤਾਂ ਕਲਰ ਦੇਖੇਗਾ ਲੇਕਿਨ ਬਲੈਕ ਐਂਡ ਵਾਈਟ ਤੇ ਬਲੈਕ ਐਂਡ ਵਾਈਟ ਹੀ ਦੇਖੇਗਾ ਇਹ ਹੀ ਯਾਦ ਰੱਖਣ ਵਾਲੀ ਗੱਲ ਹੈ ਹੁਣ ਆਪਾਂ ਇਹਨਾਂ ਦੇ ਅੰਤਰ ਦੇਖਦੇ ਹਾਂ ਕਿ ਦੋਨਾਂ ਵਿੱਚ ਡਿਫਰੈਂਸ ਕੀ ਹੈ ਡਿਫਰੈਂਸ ਦਾ ਪਹਿਲਾ ਪੁਆਇੰਟ ਆਪਾਂ ਕਰਦੇ ਹਾਂ ਕਿ ਕਲਰ ਮਿਸ਼ਨ ਦੇ ਲਈ ਜਿਹੜਾ ਕੈਮਰਾ ਵਰਤਿਆ ਜਾਂਦਾ ਉਹ ਕਲਰਡ ਹੁੰਦਾ ਮੋਨੋਕ੍ਰੋਮ ਦੇ ਲਈ ਜਿਹੜਾ ਕੈਮਰਾ ਵਰਤਿਆ ਜਾਂਦਾ ਉਹ ਇੱਕ ਇੱਕ ਕੈਮਰੇ ਵਾਲਾ ਬਲੈਕ ਐਂਡ ਵਾਈਟ ਹੁੰਦਾ ਇਹਦੇ ਵਿੱਚ 3 ਹੁੰਦੇ ਨੇ ਅੱਗੇ ਫਿਰ ਇਹਦਾ ਮੈਟ੍ਰਿਕਸ ਹੁੰਦਾ ਇਹਦੇ ਵਿੱਚ ਸਿੰਗਲ ਹੁੰਦਾ ਇਹ ਪਹਿਲਾ ਡਿਫਰੈਂਸ ਹੋ ਗਿਆ ਦੂਸਰਾ ਡਿਫਰੈਂਸ ਬਲੈਕ ਐਂਡ ਵਾਈਟ ਦਾ ਰਿਸਿਵਰ ਅਲੱਗ ਹੁੰਦਾ ਕਲਰਡ ਦਾ ਰਿਸਿਵਰ ਅਲੱਗ ਹੁੰਦਾ ਸਰਕਟ ਦਾ ਡਿਫਰੈਂਸ ਹੈ ਨੈਕਸਟ ਜਿਹੜੀ ਮੋਨੋਕ੍ਰੋਮ ਪਿਕਚਰ ਟਿਊਬ ਹੈ ਉਹਦੇ ਵਿੱਚ ਇੱਕ ਇਲੈਕਟ੍ਰੋਨ ਗਨ ਲਾ ਕੇ ਇੱਕ ਕੋਟਿੰਗ ਕਰਕੇ ਬਣਾਈ ਜਾਂਦੀ ਹੈ ਜਿਹੜੀ ਕਲਰ ਪਿਕਚਰ ਟਿਊਬ ਹੈ ਉਹ ਚ 3 ਇਲੈਕਟ੍ਰੋਨ ਗਨ ਹੁੰਦੀਆਂ ਨੇ ਤੇ ਤਿੰਨੇ ਰੰਗਾਂ ਦੀ ਹੀ ਕੋਟਿੰਗ ਹੁੰਦੀ ਹੈ ਇਹ ਸਾਡੇ ਹੋ ਗਏ ਡਿਫਰੈਂਸਸ ਅੰਤਰ ਹੁਣ ਆਪਾਂ ਗੱਲ ਕਰਦੇ ਹਾਂ ਸਿਮਿਲਰਿਟੀਆਂ ਕੀ ਕੀ ਸੇਮ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਦੋਨਾਂ ਦੀ ਬੈਂਡਵਿਡਥ ਹੈ ਉਹ ਕਿੰਨੀ ਹੁੰਦੀ ਹੈ 7 ਮੈਗਾ ਪਲਸ ਦੋਨਾਂ ਦੇ ਵਿੱਚ ਜਿਹੜੀਆਂ ਪਲਸਿਸ ਵਰਤੀਆਂ ਜਾਂਦੀਆਂ ਇਕੁਇਲਾਈਜੇਸ਼ਨ ਪਲਸ ਸਿੰਕ੍ਰੋਨਾਈਜੇਸ਼ਨ ਪਲਸ ਲਾਈਨ ਫ੍ਰੀਕੁਐਂਸੀ ਹਾਰੀਜ਼ੋਂਟਲ ਫ੍ਰੀਕੁਐਂਸੀ ਸਭ ਕੁਝ ਸੇਮ ਹੁੰਦਾ ਨੈਕਸਟ ਹੈ ਦੋਨਾਂ ਦੇ ਵਿੱਚ ਜੋ ਰਿਸੀਵਰ ਹੈ ਜਦੋਂ ਆਪਾਂ ਅੱਗੇ ਕਰਾਂਗੇ ਵੀਡੀਓ ਡਿਟੈਕਟਰ ਤੱਕ ਦੋਨਾਂ ਦਾ ਸਰਕਟ ਸੇਮ ਹੈ ਵੀਡੀਓ ਡਿਟੈਕਟਰ ਤੋਂ ਬਾਅਦ ਦੋਨਾਂ ਚੀ ਸਾਊਂਡ ਔਰ ਵੀਡੀਓ ਨੂੰ ਅਲੱਗ-ਗੱਲਾ ਕਰ ਦਿੱਤਾ ਜਾਂਦਾ ਹੈ ਦੋਨਾਂ 'ਚ ਹੀ ਇਹ ਹੁੰਦਾ ਹੈ ਕੀ ਕੀ ਸਿਮਿਲੈਰਿਟੀਆਂ ਨੇ ਵੀਡੀਓ ਡਿਟੈਕਟਰ ਤੱਕ ਸਰਕਟ ਸੇਮ ਹੈ ਦੋਨਾਂ 'ਚ ਵੀਡੀਓ ਡਿਟੈਕਟਰ ਤੋਂ ਬਾਅਦ ਸਾਊਂਡ ਔਰ ਵੀਡੀਓ ਨੂੰ ਅਲੱਗ-ਗੱਲ ਕਰਕੇ ਅਲੱਗ-ਗੱਲ ਸੈਕਸ਼ਨਸ ਦੇ ਵਿੱਚ ਪ੍ਰੋਸੈਸ ਕੀਤਾ ਜਾਂਦਾ ਹੈ ਦੋਨਾਂ ਦੀ ਬੈਂਡਵਿਡਥ 7 ਮੀਗਾਹਰਟਜ਼ ਹੈ ਔਰ ਦੋਨਾਂ ਦੀਆਂ ਪਲਸਿਸ ਵੀ ਸੇਮ ਨੇ ਸੋ ਇਹ ਕੁਐਸਚਨ ਆ ਸਕਦਾ ਹੈ ਦੋ ਤਿੰਨ ਤਰੀਕੇ ਨਾਲ ਬਣ ਕੇ ਆ ਸਕਦਾ ਹੈ ਪਹਿਲਾ ਤਾਂ ਕਿ ਮੋਨੋਕ੍ਰੋਮ ਤੇ ਕਲਰ ਦਾ ਡਿਫਰੈਂਸ਼ੀਏਟ ਕਰੋ ਦੂਸਰਾ ਸਾਡੇ ਕਲਰ ਟੀਵੀ ਚ ਕਿਹੜੀ ਖਾਸੀਅਤ ਹੋਣੀ ਚਾਹੀਦੀ ਹੈ ਕਿ ਉਹ ਬਲੈਕ ਐਂਡ ਵਾਈਟ ਤੇ ਵੀ ਪਿਕਚਰ ਦਿਖਾਵੇ ਠੀਕ ਹੈ ਕੁਐਸਚਨ ਦੋ ਤਿੰਨ ਤਰੀਕਿਆਂ ਨਾਲ ਬਣ ਕੇ ਆ ਸਕਦਾ ਹੈਗਾ ਸੋ ਇਸ ਕੋ ਟਾਪਿਕ ਨੂੰ ਸਮਝਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਅੱਗੇ ਆਪਾਂ ਇਹਨਾਂ ਦੇ ਰਿਸਿਵਰ ਦਾ ਡਿਫਰੈਂਸ ਵੀ ਕਰਾਂਗੇ ਸੋ ਥੈਂਕ ਯੂ ਏਸੀ ਅੱਜ ਦੀ ਵੀਡੀਓ ਮੋਨੋਕ੍ਰੋਮ ਵਰਸਸ ਕਲਰ ਟੀਵੀ ਮਿਲਦੇ ਆਂ ਨੈਕਸਟ ਟੌਪਿਕ ਨਾਲ ਨੈਕਸਟ ਵੀਡੀਓਜ਼ ਥੈਂਕ ਯੂ